ਦੁਖੀਆਂ ਦੀ ਦਾਸਤਾں ਪੁਸਤਕ ਦੀ ਅਗਲੀ ਕਹਾਣੀ ਹੈ ਜਦੋਂ ਅਗਿਆਨਤਾ ਨੇ ਬਣਾਇਆ ਮਾਨਸਿਕ ਰੋਗੀ ਸਤੀਸ਼ ਨੂੰ 2 ਦਿਨ ਪਹਿਲਾਂ ਹੀ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਸ਼ਹਿਰ ਦੇ ਮਨੋਰੋਗ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ ਮਨੋਰੋਗ ਮਾਹਿਰ ਨੇ ਜ਼ਰੂਰੀ ਟੈਸਟ ਕਰਵਾ ਕੇ ਉਹਦਾ ਮੁੱਢਲਾ ਇਲਾਜ ਸ਼ੁਰੂ ਕਰ ਦਿੱਤਾ ਸੀ ਇਹ ਤਾਂ ਸਪਸ਼ਟ ਹੋ ਚੁੱਕਿਆ ਸੀ ਕਿ ਸਤੀਸ਼ ਅਸਲ 'ਚ ਕਿਸੇ ਮਨੋਰੋਗ ਦਾ ਸ਼ਿਕਾਰ ਹੋ ਚੁੱਕਿਆ ਸੀ ਪਰੇਸ਼ ਮਨੋਰੋਗ ਦਾ ਪਤਾ ਲਾਉਣਾ ਜੀ ਬਾਕੀ ਸੀ ਅਸਲੀ ਕਾਰਨ ਤਾਂ ਉਹਦੇ ਪੂਰੀ ਤਰ੍ਹਾਂ ਹੋਸ਼ ਚਾਉਣ ਤੋਂ ਬਾਅਦ ਹੀ ਲੱਭਿਆ ਜਾਣਾ ਸੀ ਇਸ ਲਈ 2 ਦਿਨ ਤੱਕ ਸਤੀਸ਼ ਨੂੰ ਨਾਰਮਲ ਹਾਲਤ ਵਿੱਚ ਲਿਆਉਣ ਲਈ ਇਲਾਜ ਚੱਲਦਾ ਰਿਹਾ ਤੀਜੇ ਦਿਨ ਜਦੋਂ ਸਤੀਸ਼ ਨਾਰਮਲ ਹਾਲਤ ਵਿੱਚ ਸੀ ਤਾਂ ਡਾਕਟਰ ਨੇ ਉਹਨੂੰ ਆਪਣੇ ਕਾਉਂਸਲਰ ਕੋਲ ਭੇਜ ਦਿੱਤਾ ਤਾਂ ਕਿ ਉਹਦੀ ਬਿਮਾਰੀ ਦਾ ਅਸਲੀ ਮਨੋਵਿਗਿਆਨਕ ਕਾਰਨ ਲੱਭਿਆ ਜਾ ਸਕੇ ਅੱਜ ਦੇਖਣ ਨੂੰ ਭਾਵੇਂ ਸतीश ਨਾਰਮਲ ਲੱਗ ਰਿਹਾ ਸੀ ਪਰ ਕਾਉਂਸਲਰ ਦੇ ਸਾਹਮਣੇ ਕੁਰਸੀ ਤੇ ਬੈਠਾ ਉਹ ਪੂਰੀ ਤਰ੍ਹਾਂ ਡਰਿਆ ਘਬਰਾਇਆ ਤੇ ਬੇਚੈਨੀ ਮਹਿਸੂਸ ਕਰ ਰਿਹਾ ਸੀ ਜਦੋਂ ਕਾਉਂਸਲਰ ਨੇ ਉਹਨੂੰ ਹੌਸਲਾ ਦਿੰਦੇ ਹੋਏ ਇਹ ਯਕੀਨ ਦਿਵਾਇਆ ਕਿ ਜਲਦੀ ਠੀਕ ਹੋ ਜਾਏਗਾ ਤਾਂ ਸतीश ਨੂੰ ਕੁਝ ਹੌਸਲਾ ਜਿਹਾ ਹੋਇਆ ਹੁਣ ਸतीश ਨੇ ਆਪਣੇ ਮਨ ਦਾ ਬੋਝ ਹਲਕਾ ਕਰਨ ਲਈ ਪੂਰੀ ਕਹਾਣੀ ਵਿਸਥਾਰ ਨਾਲ ਦੱਸਣੀ ਸ਼ੁਰੂ ਕਰ ਦਿੱਤੀ ਉਹ ਇੱਕ ਦਰਮਿਆਨੇ ਪਿੰਡੂ ਘਰ ਦਾ ਹੋਣ ਹਰ ਮੁੰਡਾ ਸੀ ਮਾਪਿ ਉਹਦਾ ਇਕੱਲਾ ਪੁੱਤ ਤੇ ਇੱਕ ਛੋਟੀ ਭੈਣ ਦਾ ਵੱਡਾ ਭਰਾ ਪਿਓ ਦੀ ਆਪਣੀ ਦੁਕਾਨ ਸੀ ਜਿਹਦੀ ਮਿਹਨਤ ਨਾਲ ਇਹ ਛੋਟਾ ਜਿਹਾ ਚਾਰ ਜੀਆ ਦਾ ਪਰਿਵਾਰ ਪਲ ਰਿਹਾ ਸੀ ਸਤੀਸ਼ਤਾ ਪਿਓ ਇੱਕ ਮਿਹਨਤੀ ਬੰਦਾ ਸੀ ਜੋ ਆਪਣੀ ਥੋੜੀ ਜੀ ਆਮਦਨ ਵਿੱਚੋਂ ਜਾਇਜ਼ ਖਰਚੇ ਕਰਕੇ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਕਾਮਯਾਬ ਬਣਾਉਣਾ ਚਾਹੁੰਦਾ ਸੀ ਭੈਣ ਭਰਾ ਪੜ੍ਹਾਈ 'ਚ ਹੁਸ਼ਿਆਰ ਸਨ ਤੇ ਪਿਤਾ ਨੂੰ ਆਪਣੀ ਉਮੀਦ ਪੂਰੀ ਹੋਣ ਦੀ ਆਸ ਵੱਜ ਗਈ ਸੀ ਪਿੰਡ ਦੇ ਸਕੂਲ ਦੀ ਪੜ੍ਹਾਈ ਤੋਂ ਬਾਅਦ ਕਿ ਉਹ ਨੇ ਪੁੱਤ ਨੂੰ ਇੰਜੀਨੀਅਰ ਬਣਾਉਣ ਦਾ ਫੈਸਲਾ ਕਰ ਲਿਆ ਸੀ ਇਸੇ ਕਰਕੇ ਪੁੱਤ ਨੂੰ ਸ਼ਹਿਰ ਦੇ ਕਾਲਜ ਵਿੱਚ ਬੀ ਟੈਕ ਦੀ ਪੜ੍ਹਾਈ ਕਰਨ ਭੇਜ ਦਿੱਤਾ ਸੀ ਹਰ ਮਾਂ-ਬਾਪ ਦੀ ਇਹ ਇੱਛਾ ਹੁੰਦੀ ਹੈ ਕਿ ਉਹਦੀ ਸੰਤਾਨ ਪੜ੍ਹ-ਲਿਖ ਕੇ ਕੋਈ ਚੰਗੀ ਨੌਕਰੀ ਪ੍ਰਾਪਤ ਕਰ ਲਵੇ ਤੇ ਉਹਨੂੰ ਮਜ਼ਦੂਰੀ ਨਾ ਕਰਨੀ ਪਵੇ ਭਾਵੇਂ ਅਜੋਕੇ ਪੜ੍ਹਾਈ ਸਧਾਰਨ ਮਾਂ-ਬਾਪ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ ਫਿਰ ਵੀ ਹਰ ਮਾਂ-ਬਾਪ ਕਰਜ਼ਾ ਚੁੱਕ ਕੇ ਵੀ ਆਪਣੇ ਬੱਚਿਆਂ ਨੂੰ ਪੜਾਉਣ ਲਈ ਰਾਜ਼ੀ ਹੈ ਉਹਨੂੰ ਉਮੀਦ ਹੁੰਦੀ ਹੈ ਕਿ ਪੜ੍ਹ ਲਿਖ ਕੇ ਜਦੋਂ ਕੋਈ ਚੰਗੀ ਨੌਕਰੀ ਮਿਲ ਗਈ ਤਾਂ ਸਾਰਾ ਕਰਜ਼ਾ ਵੀ ਉਤਰ ਜਾਏਗਾ ਤੇ ਸਾਰੀ ਜ਼ਿੰਦਗੀ ਸੌਖੀ ਗੁਜ਼ਰ ਜਾਏਗੀ ਪਰ ਕਈ ਵਾਰ ਜ਼ਿੰਦਗੀ ਉਵੇਂ ਨਹੀਂ ਚੱਲਦੀ ਜਿਵੇਂ ਅਸੀਂ ਸੋਚਿਆ ਹੁੰਦਾ ਹੈ ਸतीश ਦੇ ਪਿਤਾ ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਹੋ ਗਈ ਪਰਿਵਾਰ ਨੂੰ ਜਿੱਥੇ ਪਰਿਵਾਰ ਦੇ ਮੁਖੀਆ ਦੀ ਮੌਤ ਦਾ ਸਦਮਾ ਚ ਲੈਣਾ ਪਿਆ ਉੱਥੇ ਆਰਥਿਕ ਤੰਗੀਆਂ ਨਾਲ ਵੀ ਜੂਝਣਾ ਪਿਆ ਸतीश ਲਈ ਇਹ ਵੱਡਾ ਸਦਮਾ ਸੀ ਕਰ ਚਿੱਕੋ ਮੈਂਬਰ ਕਮਾਉਣ ਵਾਲਾ ਸੀ ਉਸੇ ਦੀ ਮੌਤ ਹੋ ਚੁੱਕੀ ਸੀ ਪੜਾਈ ਹੁਣ ਅੱਧ ਵਿਚਾਲੇ ਸੀ ਡਿਗਰੀ ਪੂਰੀ ਕਰਨੀ ਜ਼ਰੂਰੀ ਸੀ ਸਤੀਸ਼ ਭਾਵੇਂ ਦਿਲ ਲਾ ਕੇ ਪੜ ਰਿਹਾ ਸੀ ਪਰ ਅਸਲ 'ਚ ਜ਼ਿੰਦਗੀ ਦੀ ਅਸਲੀ ਪੜਾਈ ਵੱਲੋਂ ਅਨਜਾਨ ਜਾਂ ਕੋਰਈ ਸੀ ਹੁੰਜ ਵੀ ਉਹ ਬਚਪਨ ਤੋਂ ਹੀ ਬਹੁਤ ਸੰਗਾਊ ਤੇ ਰਿਜ਼ਰਵ ਸੁਭਾਅ ਵਾਲਾ ਮੁੰਡਾ ਸੀ ਉਹਦੇ ਬਹੁਤ ਇੱਕ ਬਹੁਤ ਘੱਟ ਦੋਸਤ ਸਨ ਉਹ ਅੰਤਰਮੁਖੀ ਸੁਭਾਅ ਵਾਲਾ ਸੀ ਤੇ ਇਕਾਂਤ ਪਸੰਦ ਮੁੰਡਾ ਸੀ ਉਦੇਸ਼ ਸ਼ੌਕ ਵੀ ਬਹੁਤ ਘੱਟ ਸਨ ਉਹਦਾ ਤਾਂ ਇੱਕੋ ਇੱਕ ਮਕਸਦ ਪੜ੍ਹਾਈ ਪੂਰੀ ਕਰਕੇ ਕੋਈ ਨੌਕਰੀ ਪ੍ਰਾਪਤ ਕਰਕੇ ਆਪਣੇ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਨਾ ਸੀ ਪਿਤਾ ਦੀ ਮੌਤ ਕਿਸੇ ਵੀ ਪਰਿਵਾਰ ਲਈ ਬਹੁਤ ਵੱਡਾ ਸਦਮਾ ਹੁੰਦੀ ਹੈ ਵਿਸ਼ੇਸ਼ ਤੌਰ ਤੇ ਉਸ ਪਰਿਵਾਰ ਲਈ ਜਿਸ ਕੋਲ ਹੋਰ ਕੋਈ ਵੀ ਆਮਦਨ ਦਾ ਸਾਧਨ ਨਾ ਹੋਵੇ ਇੱਕੋ ਇੱਕ ਕਮਾਊ ਬੰਦਾ ਤੁਰ ਜਾਵੇ ਤਾਂ ਪਰਿਵਾਰ ਕੇਵਲ ਆਰਥਿਕ ਔਖੜਾ ਹੀ ਨਹੀਂ ਚੱਲਦਾ ਸਗੋਂ ਸਮਾਜਿਕ ਤੇ ਮਾਨਸਿਕ ਉਲਝਣਾਂ ਦਾ ਅਸਰ ਹੋਰ ਵੀ ਜ਼ਿਆਦਾ ਹੁੰਦਾ ਹੈ। ਸतीश ਦਾ ਪਰਿਵਾਰ ਵੀ ਇਹਨਾਂ ਸਾਰੀਆਂ ਉਲਝਣਾਂ ਦਾ ਸ਼ਿਕਾਰ ਹੋ ਗਿਆ ਸੀ। ਭਾਵੇਂ ਸतीश ਨੂੰ ਰਿਸ਼ਤੇਦਾਰ ਤੇ ਹਮਦਰਦ ਸਾਥੀ ਹੌਸਲਾ ਦਿੰਦੇ ਸਨ ਪਰ ਅਸਲ ਵਿੱਚ ਸतीश ਦੀ ਨਿਰਾਸ਼ਾ ਤੇ ਉਦਾਸੀ ਦਿਨੋਂ-ਦਿਨ ਵੱਧਦੀ ਜਾ ਰਹੀ ਸੀ। ਪੜ੍ਹਾਈ 'ਚ ਦਿਲਚਸਪੀ ਘੱਟ ਹੁੰਦੀ ਜਾ ਰਹੀ ਸੀ। ਖਾਸ ਗੱਲ ਇਹ ਸੀ ਕਿ ਉਹ ਆਪਣੇ ਦੁੱਖ ਕਿਸ ਆਪਣਾ ਦੁੱਖ ਕਿਸੇ ਨਾਲ ਸਾਂਝਾ ਵੀ ਨਹੀਂ ਕਰਦਾ ਸੀ। ਲੰਬਾ ਸਮਾਂ ਉਹ ਆਪਣੇ ਇਸ ਉਦਾਸੀ ਨਾਲ ਅੰਦਰੋਂ ਅੰਦਰ ਲੜਦਾ ਰਿਹਾ ਅਸਲ ਚ ਆਪਣੀ ਇਸ ਨਿਰਾਸ਼ਾ ਜਾਂ ਉਦਾਸੀ ਨਾਲ ਲੜਨ ਦਾ ਜੋ ਤਰੀਕਾ ਸਤੀਸ਼ ਨੇ ਅਪਣਾਇਆ ਸੀ ਕੁਝ ਸਮੇਂ ਬਾਅਦ ਉਹਨੂੰ ਆਪ ਹੀ ਗਲਤ ਲੱਗਣ ਲੱਗ ਪਿਆ ਸੀ ਪਰ ਜਦੋਂ ਇਸ ਤਰੀਕੇ ਨੂੰ ਅਲਵਿਦਾ ਕਹੀ ਤਾਂ ਜਾਣੇ ਉਹ ਇੱਕ ਹੋਰ ਮਾਨਸਿਕ ਉਲਝਣ ਦਾ ਸ਼ਿਕਾਰ ਹੋ ਗਿਆ ਸੀ ਇਸ ਮਾਨਸਿਕ ਉਲਝਣ ਨੇ ਉਹਨੂੰ ਇੰਨਾ ਜ਼ਿਆਦਾ ਡਰਾ ਦਿੱਤਾ ਸੀ ਕਿ ਉਹਨੂੰ ਆਪਣੇ ਅੱਗੇ ਦੀ ਪੂਰੀ ਜ਼ਿੰਦਗੀ ਨਰੀ ਲੱਗਣ ਲੱਗ ਪਈ ਅਸਲ ਅਗਿਆਨਤਾ ਦੇ ਕਾਰਨ ਉਹ ਇੰਨਾ ਜ਼ਿਆਦਾ ਭੈਪੀਤ ਹੋ ਗਿਆ ਕਿ ਉਹਨੂੰ ਆਪਣੀ ਇਹ ਸੁੱਲ ਜਾਂਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਸੀ ਆ ਰਿਹਾ ਜਦੋਂ ਉਹਦੀ ਹਾਲਤ ਵਿਗੜਦੀ ਜਾਪੀ ਤਾਂ ਕਿਸੇ ਦੇ ਯੋਗ ਰਾਏ ਦੇਣ ਨਾਲ ਉਹਨੂੰ ਮਨੋਰੋਗ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਸੀ ਜਿੱਥੇ ਉਹਨੂੰ ਇਲਾਜ ਅਧੀਨ ਸੀ ਸਤੀਸ਼ ਨੇ ਕਾਉਂਸਲਰ ਅਗੇ ਸਵੀਕਾਰ ਕੀਤਾ ਕਿ 8ਵੀਂ ਜਮਾਤ 'ਚ ਉਹਨੂੰ ਹੱਥ ਰੱਸੀ ਦੀ ਆਦਤ ਪੈ ਗਈ ਸੀ ਹੌਲੀ-ਹੌਲੀ ਇਹ ਆਦਤ ਵੱਧ ਗਈ ਉਹ ਆਪ ਸ਼ਰਮੀਲੇ ਸੁਭਾਅ ਦਾ ਸੀ ਇਸ ਕਰਕੇ ਕਿਸੇ ਕੁੜੀ ਨਾਲ ਗੱਲ ਕਰਨੀ ਤਾਂ ਦੂਰ ਉਹਦਾ ਕਿਸੇ ਵੱਲ ਦੇਖਣ ਦਾ ਹੌਸਲਾ ਨਹੀਂ ਪੈਂਦਾ ਸੀ ਇਸ ਕਰਕੇ ਉਹਦਾ ਆਪਣਾ ਇੱਕ ਛੋਟਾ ਜਿਹਾ ਸੰਸਾਰ ਸੀ ਕਾਲਜ 'ਚ ਵੀ ਉਹਦੇ ਦੋਸਤ ਬਹੁਤ ਘੱਟ ਸਨ ਹੋਸਟਲ ਦਾ ਕਮਰਾ ਹੀ ਉਹਦੀ ਸਾਰੀ ਦੁਨੀਆ ਸੀ ਜਿੱਥੇ ਆਪਣੀ ਪੜ੍ਹਾਈ ਨੂੰ ਪੂਰੀ ਕਰਨ ਤੋਂ ਬਿਨਾ ਹੋਰ ਉਹਦਾ ਕੋਈ ਮਕਸਦ ਨਹੀਂ ਸੀ ਜਦੋਂ ਪਿਤਾ ਦੀ ਮੌਤ ਨੇ ਉਹਨੂੰ ਉਦਾਸੀ ਦੇ ਹਾਲਤ ਵਿੱਚ ਲਿਆਂਦਾ ਸੀ ਤਾਂ ਉਹਦੀ ਰਾਤਾਂ ਦੀ ਨੀਂਦ ਵੀ ਉੱਡ ਗਈ ਸੀ ਕਿਸੇ ਨੇ ਉਹਨੂੰ ਇਸ ਉਦਾਸੀ ਤੇ ਨੀਂਦ ਦਾ ਹੱਲ ਦੱਸਿਆ ਜਿਹਦੇ ਕਹਿਣ ਉੱਤੇ ਉਨੇ ਨਸ਼ੇ ਦੇ ਕੁਝ ਕੈਪਸੂਲ ਲੈਣੇ ਸ਼ੁਰੂ ਕਰ ਦਿੱਤੇ ਹੌਲੀ ਹੌਲੀ ਇਹਨਾਂ ਦੀ ਵਰਤੋਂ ਵਧਾਉਣਾ ਗਿਆ 2-3 ਮਹੀਨੇ ਤੱਕ ਇਹ ਸਿਲਸਲਾ ਲਗਾਤਾਰ ਚੱਲਿਆ ਪਰ ਫਿਰ ਕਿਸੇ ਨੇ ਦੱਸਿਆ ਕਿ ਅਜਿਹਾ ਕਰਨ ਨਾਲ ਸਰੀਰਕ ਕਮਜ਼ੋਰੀ ਆ ਜਾਂਦੀ ਹੈ ਇਹਦਾ ਫਾਇਦਾ ਇਹ ਹੋਇਆ ਕਿ ਸਤੀਸ਼ ਨੇ ਕੈਪਸੂਲ ਖਾਣੇ ਬੰਦ ਕਰ ਦਿੱਤੇ ਪਰ ਮਨੋਵਿਗਿਆਨਕ ਤੌਰ ਤੇ ਉਹਨੂੰ ਕਮਜ਼ੋਰੀ ਦਾ ਅਹਿਸਾਸ ਹੋਣ ਲੱਗ ਗਿਆ ਪਹਿਲਾਂ ਕਿਸੇ ਨੇ ਉਹਨੂੰ ਹੱਥ ਰਸੀ ਨਾਲ ਹੋਣ ਵਾਲੀ ਕਮਜ਼ੋਰੀ ਬਾਰੇ ਦੱਸਿਆ ਸੀ ਜਿਸ ਤੋਂ ਡਰ ਕੇ ਉਹਨੇ ਹੱਥ ਰਸੀ ਨੂੰ ਕਾਫੀ ਕੰਟਰੋਲ ਕਰ ਲਿਆ ਸੀ ਹੁਣ ਸतीश ਨੂੰ ਇੱਕ ਨਵੀਂ ਬਿਮਾਰੀ ਨੇ ਘੇਰ ਲਿਆ ਸੀ। ਸਰੀਰਕ ਕਮਜ਼ੋਰੀ ਦਾ ਅਹਿਸਾਸ ਤਾਂ ਉਹਨੂੰ ਹੋ ਗਿਆ ਸੀ ਪਰ ਉਹਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਇਹ ਸਰੀਰਕ ਕਮਜ਼ੋਰੀ ਉਹਨੂੰ ਹੱਥ ਰੱਸੀ ਦੇ ਕਾਰਨ ਹੋਈ ਜਾਂ ਕੈਪਸੂਲ ਖਾਣ ਨਾਲ ਕੋਈ ਉਹ ਇਹ ਜਾਨਣਾ ਚਾਹੁੰਦਾ ਸੀ ਕਿਉਂਕਿ ਕਮਜ਼ੋਰੀ ਦਾ ਭਰਮ ਤਾਂ ਉਹਨੂੰ ਕਿਸੇ ਨੇ ਪਾਈ ਦਿੱਤਾ ਸੀ। ਉਹਨੂੰ ਨਾ ਤਾਂ ਨਸ਼ਿਆਂ ਦੇ ਸਰੀਰ ਜਾਂ ਮਨ ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਕੋਈ ਜਾਣਕਾਰੀ ਸੀ। ਨਾ ਹੀ ਹੱਥ ਰੱਸੀ ਦੇ ਚੰਗੇ ਜਾਂ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਸੀ। ਉਹ ਤਾਂ ਬਸ ਇਸੇ ਉਲਝਣ 'ਚ ਸੀ ਕਿ ਉਹਨੂੰ ਸਰੀਰਕ ਕਮਜ਼ੋਰੀ ਕਿਸ ਕਾਰਨ ਹੋਈ। ਦੂਜਾ ਸਵਾਲ ਇਹ ਵੀ ਖੜਾ ਸੀ ਕਿ ਕੀ ਇਸ ਬਿਮਾਰੀ ਦਾ ਪੱਕਾ ਇਲਾਜ ਹੋ ਜਾਏਗਾ ਜਾਂ ਨਹੀਂ? ਕੀ ਉਹ ਅੱਗੇ ਉਹ ਅੱਗੇ ਦਾ ਜੀਵਨ ਹੀ ਕਾਮਯਾਬ ਵਿਅਕਤੀ ਵਾਂਗ ਗੁਜ਼ਾਰਨ ਚ ਕਾਮਯਾਬ ਹੋ ਜਾਏਗਾ? ਇਹ ਉਹਦਾ ਅਗਲਾ ਸਵਾਲ ਸੀ। ਅਸਲ 'ਚ ਸਾਡੇ ਜੀਵਨ 'ਚ ਬਹੁਤੀਆਂ ਬਿਮਾਰੀਆਂ, ਕਮਜ਼ੋਰੀਆਂ ਜਾਂ ਘਾਟਾਂ ਦਾ ਵੱਡਾ ਕਾਰਨ ਇਹ ਉਹਨਾਂ ਬਾਰੇ ਗਿਆਨ ਦੀ ਕਮੀ ਜਾਂ ਅਗਿਆਨਤਾ ਹੈ। ਜੀਵਨ 'ਚ ਬਹੁਤੇ ਵਹਿਮ-ਭਰਮ ਜਾਂ ਮਨੋਰੋਗ ਵੀ ਅਗਿਆਨਤਾ ਤੇ ਅਨੇ ਵਿਸ਼ਵਾਸ ਕਰਨ ਹੁੰਦੇ ਐ ਕਿਉਂਕਿ ਅੱਜ ਦੇ ਨਵੇਂ ਯੁੱਗ ਵਿੱਚ ਵੀ ਬਹੁਤੀ ਜਨਤਾ ਦਾ ਵਿਸ਼ਵਾਸ ਉਹਦੇ ਪੁਰਾਣੇ ਬਜ਼ੁਰਗਾਂ ਵਾਂਗ ਹੀ ਅੰਨੀ ਸੋਚ ਵਾਲਾ ਹੈ ਤਰਕ ਦੀ ਕਸੌਟੀ ਜਾਂ ਦਲੀਲ ਨੂੰ ਮੰਨਣ ਵਾਲੇ ਲੋਕਾਂ ਦੀ ਸਮਾਜ ਦੇਸ਼ ਜਾਂ ਵਿਸ਼ਵ ਵਿੱਚ ਅੱਜ ਵੀ ਭਾਰੀ ਕਮੀ ਹੈ ਸतीश ਭਾਵੇਂ ਬੀ ਟੈਕ ਦਾ ਵਿਦਿਆਰਥੀ ਸੀ ਪਰ ਆਪਣੇ ਕਿੱਤੇ ਦੀ ਪੜ੍ਹਾਈ ਤੋਂ ਛੁੱਟੋ ਨੇ ਜੀਵਨ ਜ ਕੰਮ ਆਉਣ ਵਾਲਾ ਗਿਆਨ ਵਰਧਕ ਸਾਹਿਤ ਬਿਲਕੁਲ ਵੀ ਨਹੀਂ ਸੀ ਪੜਿਆ ਕੇਵਲ ਸਤੀਸ਼ ਹੀ ਨਹੀਂ ਦੇਸ ਦੇ ਕਰੋੜਾਂ ਨੌਜਵਾਨ ਅਖੌਤੀ ਉੱਚ ਸਿੱਖਿਆ ਦੀਆਂ ਵੱਡੀਆਂ-ਵੱਡੀਆਂ ਡਿਗਰੀਆਂ ਲੈਣ ਤੋਂ ਬਾਅਦ ਵੀ ਜ਼ਿੰਦਗੀ ਦੇ ਮਾਮਲੇ 'ਚ ਅਗਿਆਨੀ ਰਹਿੰਦੇ ਹਨ ਅਜਿਹੇ ਨੌਜਵਾਨ ਆਧੁਨਿਕ ਖੋਜਾਂ ਨਾਲ ਲੈਸ ਹੋ ਕੇ ਵੀ ਜੀਵਨ ਨਾਲ ਜੁੜੀਆਂ ਸਮੱਸਿਆਵਾਂ ਦੇ ਪ੍ਰਤੀ ਕੋਈ ਗਿਆਨ ਨਹੀਂ ਰੱਖਦੇ ਸੰਸਾਰ ਦੇ 10% ਲੋਕ ਵੀ ਮਨੁੱਖੀ ਸਰੀਰ ਦੀ ਅੰਦਰੂਨੀ ਬਣਤਰ ਬਾਰੇ ਕੋਈ ਜਾਣਕਾਰੀ ਨਹੀਂ ਰੱਖਦੇ ਫਿਰ ਸਰੀਰਕ ਜਾਂ ਮਾਨਸਿਕ ਰੋਗਾਂ ਬਾਰੇ ਜਾਨਣ ਵਾਲੇ ਲੋਕਾਂ ਦੀ ਗਿਣਤੀ ਦਾ ਅੰਦਾਜ਼ਾ ਲਾਉਣਾ ਤੋਂ ਹੋਰ ਵੀ ਸੌਖਾ ਹੋ ਜਾਂਦਾ ਹੈ। ਮਾਨਸਿਕ ਰੋਗਾਂ ਬਾਰੇ ਜਾਣਕਾਰੀ ਤਾਂ ਜੇ ਆਪਣੇ ਮੁੱਢਲੇ ਦੌਰ ਚ ਹੀ ਹੈ। ਇਹੀ ਅਗਿਆਨਤਾ ਸਾਡੇ ਰੋਗਾਂ ਨੂੰ ਵਧਾਉਂਦੀ ਹੈ ਤੇ ਸਾਡੀ ਖੂਨ ਪਸੀਨੇ ਦੀ ਕਮਾਈ ਦਾ ਵੱਡਾ ਹਿੱਸਾ ਇਹਨਾਂ ਰੋਗਾਂ ਉੱਤੇ ਹੀ ਖਰਚ ਹੋ ਜਾਂਦਾ ਹੈ। ਸਤੀਸ਼ ਲਈ ਵੀ ਇਸ ਇਲਾਜ ਦਾ ਵੀ 25000 ਦਾ ਨਵਾਂ ਬੋਝ ਪੈ ਜਾਣਾ ਸੀ। ਪਹਿਲਾਂ ਹੀ ਉਹਦਾ ਪਰਿਵਾਰ ਆਰਥਿਕ ਤੰਗੀਆਂ ਦਾ ਸ਼ਿਕਾਰ ਸੀ। ਇਸ ਖਰਚੇ ਨਾਲ ਲਾਜ਼ਮੀ ਤੌਰ ਤੇ ਪਰਿਵਾਰ ਨੇ ਕਿਸੇ ਨਾ ਕਿਸੇ ਦਾ ਲਾਜ਼ਮੀ ਕਰਜ਼ਾਈ ਹੋ ਜਾਣਾ ਸੀ ਸਾਡੇ ਦੇਸ਼ 'ਚ ਸਰਕਾਰੀ ਤੌਰ ਤੇ ਸਿਹਤ ਸਹੂਲਤਾਂਾਂ ਦੇ ਬਰਾਬਰ ਹਨ ਇਸ ਕਰਕੇ ਗਰੀਬ ਜਾਨਮਨ ਮੱਧ ਸ਼੍ਰੇਣੀ ਦੇ ਲੋਕਾਂ ਨੂੰ ਵੀ ਮਜਬੂਰੀ ਵਸ਼ ਪ੍ਰਾਈਵੇਟ ਹਸਪਤਾਲਾਂ 'ਚ ਜਾਣਾ ਪੈਂਦਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਦੇਸ਼ 'ਚ ਸਿੱਖਿਆ ਸਹੂਲਤਾਂ ਦਾ ਮਾੜਾ ਹਾਲ ਹੈ ਸਿੱਖਿਆ ਦੇ ਸਰਕਾਰੀ ਸਕੂਲਾਂ ਕਾਲਜਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਪ੍ਰਾਈਵੇਟ ਸੰਸਥਾਵਾਂ ਨੂੰ ਲੁੱਟਦੀ ਖੋਲ ਦਿੱਤੀ ਜਾ ਰਹੀ ਹੈ ਗਰੀਬ ਲੋਕਾਂ ਲਈ ਇਹ ਦੋਵੇਂ ਹੀ ਘਾਤਖਨ ਸतीश ਪ੍ਰਾਈਵੇਟ ਕਾਲਜ B.Tech ਕਰਦਾ ਸੀ ਜਿਹਦਾ ਪਹਿਲਾਂ ਹੀ ਵਿੱਤੋਂ ਵੱਧ ਖਰਚਾ ਸੀ ਦੂਜਾ ਹੁਣ ਬਿਮਾਰੀ ਨੇ ਸतीश ਤੇ ਪਰਿਵਾਰ ਦਾ ਕਚੂ ਮਰ ਕੱਢ ਦੇਣਾ ਸੀ ਡਾਕਟਰੀ ਦਾ ਧੰਦਾ ਹੁਣ ਕੋਈ ਸੇਵਾ ਭਾਵਨਾ ਲਈ ਨਹੀਂ ਅਪਣਾ ਰਿਹਾ ਬਲਕਿ ਇਸ ਲਈ ਅਪਣਾ ਰਿਹਾ ਕਿਉਂਕਿ ਇਹ ਸਭ ਤੋਂ ਮੁਨਾਫੇ ਵਾਲਾ ਧੰਦਾ ਬਣ ਗਿਆ ਕੋਈ ਵੀ ਮਾਂ-ਬਾਪ ਆਪਣੀ ਸੰਤਾਨ ਨੂੰ ਡਾਕਟਰ ਜਾਂ ਇੰਜੀਨੀਅਰ ਬਣਾਉਣ ਦਾ ਸੁਪਨਾ ਵੇਖਦਾ ਹੈ ਕਿਉਂਕਿ ਇਹ ਦੋਵੇਂ ਧੰਦੇ ਹੁਣ ਮੁਨਾਫੇ ਵਾਲੇ ਸਮਝੇ ਜਾਂਦੇ ਐ ਡਾਕਟਰ ਤੇ ਮਰੀਜ਼ ਦਾ ਰਿਸ਼ਤਾ ਹੁਣ ਅਧਿਆਪਕ ਵਿਦਿਆਰਥੀ ਦੇ ਰਿਸ਼ਤੇ ਵਾਂਗ ਮਸ਼ੀਨੀ ਜਿਹਾ ਹੋ ਗਿਆ ਐ ਇੱਥੇ ਹਮਦਰਦੀ ਸੇਵਾ ਜਾਂ ਪਿਆਰ ਦੀ ਕੋਈ ਭਾਵਨਾ ਨਹੀਂ ਰਹੀ ਵਿਰਲੇ ਹੀ ਡਾਕਟਰ ਹਣ ਜੋ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਨ ਸਤੀਸ਼ ਨੂੰ ਆਪਣੀ ਬਿਮਾਰੀ ਦੀ ਚਿੰਤਾ ਤਾਂ ਵੱਡ-ਵੱਡ ਖਾਈ ਰਹੀ ਸੀ ਪਰ ਦੂਜੇ ਪਾਸੇ ਸਾਰਾ ਬਜਟ ਹਿਲਾ ਦੇਣ ਵਾਲਾ ਇਲਾਜ ਦਾ ਖਰਚਾ ਬਿਮਾਰੀ ਨੂੰ ਹੋਰ ਵਧਾ ਰਿਹਾ ਸੀ ਪੜਾਈ ਵਿੱਚ ਵਿਚਾਲੇ ਛੁੱਟ ਜਾਣ ਨਾਲ ਤਾਂ ਉਹਦਾ ਭਵਿੱਖ ਹੀ ਉੱਜੜਦਾ ਜਾਪਦਾ ਸੀ ਪਰ ਕਾਉਂਸਲਰ ਦੇ ਚੰਗੇ ਵਰਤਾਓ ਨੇ ਸतीश ਦੇ ਉੱਚੜ ਦੇ ਜ਼ਖਮਾਂ ਤੇ ਮਲਮ ਲਾਉਣ ਦਾ ਕੰਮ ਕੀਤਾ ਦੋਸਤਾਨਾ ਲਹਿਜੇ ਇਟ ਸतीश ਨੂੰ ਉਹਦੇ ਮਾਨਸਿਕ ਰੋਗ ਬਾਰੇ ਸਮਝਾਇਆ ਤੇ ਕਿਸੇ ਪ੍ਰਕਾਰ ਦੀ ਸਰੀਰਕ ਕਮਜ਼ੋਰੀ ਜਾਂ ਕਮੀ ਨਾ ਹੋਣ ਦਾ ਅਹਿਸਾਸ ਕਰਾਇਆ ਅਸਲ 'ਚ ਮਾਨਸਿਕ ਰੋਗਾਂ ਦੇ ਅਧੀਨ ਜੋ ਸਰੀਰਕ ਲੱਛਣ ਪੈਦਾ ਹੁੰਦੇ ਹਨ ਉਸ ਬਾਰੇ ਸतीश ਨੂੰ ਜਾਣਕਾਰੀ ਦਿੱਤੀ ਗਈ ਹਾਥ ਰਸੀਕ ਇੱਕ ਨਾਰਮਲ ਪ੍ਰਕਿਰਿਆ ਹੈ ਜਿਸ ਤੋਂ ਲਗਭਗ ਹਰ ਨੌਜਵਾਨ ਗੁਜ਼ਰਦਾ ਹੈ ਸਾਡੇ ਭਾਰਤੀ ਸਮਾਜ 'ਚ ਇੱਕ ਮਜਬੂਰੀ ਵਜh ਲੱਬਿਆ ਗਿਆ ਜਿਹਾ ਹੱਲ ਹੈ ਜਿਹੜਾ ਨੌਜਵਾਨਾਂ ਨੂੰ ਕੁਝ ਸਮੇਂ ਲਈ ਕਾਮੇਕ ਆਨੰਦ ਦਿੰਦਾ ਹੈ ਅਸਲ 'ਚ ਕੁਦਰਤੀ ਤੌਰ ਤੇ ਜਵਾਨ ਹੋਣ ਨਾਲ ਸਰੀਰਕ ਹਾਰਮੋਨ ਆਪਣਾ ਰੋਲ ਨਿਭਾਉਂਦੇ ਆ ਵਿਰੋਧੀ ਲਿੰਗ ਨਾਲ ਸਬੰਧ ਬਣਾਉਣ ਲਈ ਪ੍ਰੇਰਿਤ ਕਰਦੇ ਆ ਪਰ ਹਰ ਸਮਾਜ ਦੀ ਬਣਤਰ ਅਲੱਗ-ਅਲੱਗ ਹੁੰਦੀ ਹੈ ਯੂਰੋਪੀਅਨ ਦੇਸ਼ਾਂ 'ਚ ਨੌਜਵਾਨ ਮੁੰਡੇ ਕੁੜੀਆਂ 'ਚ ਜਿਹਾ ਇਹ ਸਬੰਧ ਆਮ ਵੇਖਣ ਨੂੰ ਮਿਲਦੇ ਆ ਪਰ ਭਾਰਤੀ ਸਮਾਜ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਅਪਰਾਧ ਦੀ ਸ਼੍ਰੇਣੀ 'ਚ ਗਿਣੇ ਜਾਂਦੇ ਆ। ਕੁੜੀਆਂ ਮੁੰਡਿਆਂ ਨੂੰ ਸਮਾਜ ਦੇ ਨੈਤਿਕ ਮੁੱਲਾਂ ਦਾ ਖਿਆਲ ਰੱਖਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਜਿਸ ਕਰਕੇ ਸੰਵੇਦਨਸ਼ੀਲ ਮੁੰਡੇ ਕੁੜੀਆਂ ਆਪਣੀ ਸੈਕਸ ਭਾਵਨਾ ਨੂੰ ਦੱਬਣ ਦੇ ਯਤਨ 'ਚ ਲੱਗੇ ਰਹਿੰਦੇ ਆ ਜਾਂ ਫਿਰ ਨਕਲੀ ਟੰਗਾ ਨਾਲ ਪੂਰਤੀ ਕਰਨ ਦਾ ਰਾਹ ਬਣਾ ਲੈਂਦੇ ਆ। ਹੱਥ ਰੱਸੀ ਵੀ ਅਸਲ ਰੂਪ 'ਚ ਸੈਕਸ ਪੂਰਤੀ ਦਾ ਇੱਕ ਅਜਿਹਾ ਵਰਜਿਤ ਟੰਗ ਮੰਨਿਆ ਗਿਆ ਜਿਹਦਾ ਮਨੋਵਿਗਿਆਨਕ ਅਸਰ ਹਰ ਵਿਅਕਤੀ ਉੱਤੇ ਪੈਂਦਾ। ਸਤੀਸ਼ ਉੱਤੇ ਵੀ ਇਸ ਹੱਥ ਰੱਸੀ ਦਾ ਮਾਨਸਿਕ ਅਸਰ ਪਿਆ ਸੀ ਜੋ ਹੁਣ ਸਰੀਰਕ ਕਮਜ਼ੋਰੀ ਦਾ ਰੂਪ ਧਾਰਨ ਕਰ ਗਿਆ ਸੀ ਹੋਰ ਨ ਕਰੋੜਾਂ ਨੌਜਵਾਨਾਂ ਵਾਂਗ ਸਤੀਸ਼ ਵੀ ਉਸ ਰਸਤੇ ਟੁੱਲ ਗਿਆ ਜਿਸ ਰਸਤੇ ਬਾਰੇ ਨਾ ਤਾਂ ਕਿਸੇ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਨਾ ਹੀ ਇਸ ਸਿੱਖਿਆ ਦੀ ਜ਼ਰੂਰਤ ਸਮਝੀ ਜਾਂਦੀ ਹੈ ਸਾਡੇ ਅਖੌਤੀ ਸਭੇਕ ਸਮਾਜ ਨੇ ਅੱਜ ਤੱਕ ਇਹ ਸੋਚਿਆ ਹੀ ਨਹੀਂ ਕਿ ਜਿਹੜੇ ਮੁੰਡੇ ਕੁੜੀਆਂ ਨੂੰ ਕੁਦਰਤ 10-12 ਸਾਲ ਦੀ ਉਮਰ 'ਚ ਹੀ ਮਾਪਿਓ ਬਣਨ ਲਈ ਤਿਆਰ ਕਰ ਦਿੰਦੀ ਹੈ ਉਹ ਵਿਆਹ ਦੀ ਉਮਰ 21 ਤੇ 18 ਸਾਲ ਤੱਕ ਦੇ ਸਮੇਂ ਨੂੰ ਸਰੀਰਕ ਲੋਡ ਦੇ ਤੌਰ ਤੇ ਕਿਵੇਂ ਲੰਗਾਉਣ ਇਹ ਤੋਂ ਵੀ ਮਾੜੀ ਗੱਲ ਇਹ ਹੋ ਰਹੀ ਹੈ ਕਿ ਹੁਣ ਵਿਆਹ ਤੋਂ ਪਹਿਲਾਂ ਮੁੰਡੇ ਕੁੜੀ ਦਾ ਕਿਸੇ ਨਾ ਕਿਸੇ ਰੋਜ਼ਗਾਰ ਤੇ ਲੱਗਣਾ ਜ਼ਰੂਰੀ ਹੈ ਜਿਸ ਕਰਕੇ ਵਿਆਹ ਦੀ ਥਾਂ ਰੋਜ਼ਗਾਰ ਪ੍ਰਾਪਤੀ ਤੇ ਜ਼ੋਰ ਵੱਧ ਦਿੱਤਾ ਜਾਣ ਲੱਗਾ ਹੈ ਵਿਆਹ ਦੀ ਉਮਰ ਹੁਣ 25 ਤੋਂ 30 ਸਾਲ ਜਾਂ ਇਸ ਤੋਂ ਵੀ ਵੱਧ ਹੋ ਜਾਂਦੀ ਹੈ ਕੁਦਰਤੀ ਤੌਰ ਤੇ ਸਰੀਰ ਅੰਦਰ ਪੈਦਾ ਹੋਣ ਵਾਲੇ ਸੱਕਰਿਆ ਹਾਰਮੋਨਾਂ ਤੇ ਉਹਦੇ ਸਰੀਰ ਉੱਤੇ ਪਹਿਣ ਵਾਲੇ ਪ੍ਰਭਾਵਾਂ ਦਾ ਅਸਰ ਤਾਂ ਅਖੀਰ ਪਹਿਣਾ ਹੀ ਹੁੰਦਾ ਹੈ ਇੱਜ਼ਤਦਾਰ ਬਣੇ ਰਹਿਣ ਲਈ ਲਗਭਗ ਹਰ ਮੁੰਡੇ ਨੂੰ ਹੱਥ ਰੱਸੀ ਦੇ ਰਾਹ ਤੋਂ ਲੰਘਣਾ ਪੈਂਦਾ ਹੈ ਘਰ ਪਰਿਵਾਰ ਤੋਂ ਬਚਪਨ ਤੋਂ ਹੀ ਸਿੱਖਿਆ ਮਿਲਦੀ ਹੈ ਕਿਸੇ ਦਾ ਉਲੰਭਾ ਨਹੀਂ ਹੋਣਾ ਚਾਹੀਦਾ ਕਿਸੇ ਦੀ ਤੇ ਹੀ ਪਹਿਣ ਨੂੰ ਕਦੇ ਕੁਝ ਨਹੀਂ ਆਖਣਾ ਨਜ਼ਰ ਉੱਚੀ ਚੁੱਕ ਕੇ ਦੇਖਣਾ ਵੀ ਨਹੀਂ ਇਹ ਸਮਾਜਿਕ ਸਿੱਖਿਆ ਨੌਜਵਾਨ ਮੁੰਡੇ ਕੁੜੀਆਂ ਦੇ ਮਨਾਂ ਉੱਤੇ ਗਹਿਰਾ ਪ੍ਰਭਾਵ ਪਾਉਂਦੀ ਹੈ ਜ਼ਿਆਦਾਤਰ ਮੁੰਡੇ ਕੁੜੀਆਂ ਇਹ ਸਿੱਖਿਆ ਉੱਤੇ ਅਮਲ ਕਰਦੇ ਹੋਏ ਆਪਣੇ ਸਰੀਰਕੰਗਾ ਨਾਲ ਖੇਡਦੇ ਆਪਣੀ ਮਨੋਸਰੀਰਕ ਸੰਤੁਸ਼ਟੀ ਕਰ ਲੈਂਦੇ ਹੈ ਜੇ ਇਹਨੂੰ ਸਧਾਰਨ ਢੰਗ ਨਾਲ ਲਿਆ ਜਾਏ ਤਾਂ ਇਹਦਾ ਸਰੀਰ ਜਾਂ ਮਨ ਉਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਪਰ ਸਾਡੇ ਸਮਾਜ ਵਿੱਚ ਅਗਿਆਨਤਾ ਦੇ ਕਾਰਨ ਹੱਥ ਰੱਸੀ ਨੂੰ ਸਰੀਰਕ ਸ਼ਕਤੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਵੀਰਜ ਨੂੰ ਤਾਂ ਅਸਲੀ ਮਰਦ ਸ਼ਕਤੀ ਦਾ ਪ੍ਰਤੀਕ ਹੀ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਖੂਨ ਦੇ 40 ਟੁਪਕਿਆਂ ਦਾ ਇੱਕ ਟੁਪਕਾ ਵੀਰਜ ਬਣਦਾ ਹੈ ਡਰ ਪਾਇਆ ਗਿਆ ਹੈ ਕਿ ਹੱਥ ਰਸੀ ਨਾਲ ਇੱਕ ਵਾਰ ਵੀਰਜ ਕੱਢਣ ਨਾਲ ਘੱਟੋ-ਘੱਟ 8-10 ਤੁਪਕੇ ਜੋ ਵੀਰਜ ਨਿਕਲ ਜਾਂਦਾ ਸਮਝੋ 350-400 ਤੱਕ ਖੂਨ ਦੇ ਤੁਪਕੇ ਇੱਕ ਵਾਰ ਦੀ ਹੱਥ ਰਸੀ ਨਾਲ ਖਤਮ ਹੋ ਗਏ। ਵਿਆਹ ਤੱਕ ਲਗਭਗ ਹਰ ਨੌਜਵਾਨ ਜਦੋਂ ਹਿਸਾਬ ਲਾ ਕੇ ਵੇਖਦਾ ਹੈ ਤਾਂ ਵੀਰਜ ਦੀਆਂ ਲਗਭਗ 3 ਜਾਂ 4 ਬੋਤਲਾਂ ਕੱਢ ਚੁੱਕਿਆ ਹੁੰਦਾ ਹੈ। ਇਹੀ ਹਿਸਾਬ ਕਿਤਾਬ ਲਾਉਣੇ ਉਹ ਹੱਥ ਰਸੀ ਘੱਟ ਵੀ ਕਰ ਦਿੰਦਾ ਤਾਂ ਵੀ ਇਹ ਵੀਰਜ ਸੁਪਨੇ ਰਾਈ ਜਾਂ ਧਾਤ ਰਾਈ ਨਿਕਲਦਾ ਹੀ ਰਹਿੰਦਾ ਹੈ। ਪਸੇਹੀ ਚੀਜ਼ ਬਹੁਤੇ ਨੌਜਵਾਨਾਂ ਨੂੰ ਪਹਿਲਾਂ ਮਾਨਸਿਕ ਰੋਗੀ ਬਣਾਉਂਦੀ ਹੈ ਫਿਰ ਉਹ ਸਰੀਰਕ ਰੋਗੀ ਵੀ ਹੋ ਜਾਂਦੇ ਆ ਸतीश ਨੂੰ ਵੀ ਇਹਨਾਂ ਹੀ ਗਿਣਤੀਆਂ ਮਿੰਤੀਆਂ ਨੇ ਮਾਨਸਿਕ ਰੋਗੀ ਬਣਾ ਦਿੱਤਾ ਸੀ ਉਹ ਇਸ ਗਲਵਨ ਜਾਨ ਸੀ ਕਿ ਕੁਦਰਤੀ ਤੌਰ ਤੇ ਵੀਰਜ ਨਿਕਲਣ ਲਈ ਹੀ ਬਣਦਾ ਹੈ ਦੂਜਾ ਕਾਰਨ ਸੀ ਨਸ਼ਿਆਂ ਵਾਲੇ ਕੈਪਸੂਲਾਂ ਦਾ ਲਗਾਤਾਰ 2 ਮਹੀਨੇ ਤੱਕ ਸੇਵਨ ਕਰਨਾ ਇਹਦਾ ਵੀ ਉਹਦੇ ਮਨ ਤੇ ਮਾੜਾ ਪ੍ਰਭਾਵ ਪਿਆ ਸੀ ਜਿਸ ਕਰਕੇ ਉਹਨਾਂ ਦੋ ਮੁੱਖ ਕਾਰਨਾਂ ਨੇ ਸतीश ਨੂੰ ਜਿਆ ਮਾਨਸਿਕ ਰੋਗੀ ਬਣਾਇਆ ਕਿ ਉਹਦਾ 20-25000 ਰੁਪਇਆ ਬਰਬਾਦ ਹੋ ਗਿਆ ਜੇ ਉਹ ਇਹਨੂੰ ਇੱਕ ਸਧਾਰਨ ਕੁਦਰਤੀ ਵਰਤਾਰਾ ਜਾਂ ਸਰੀਰਕ ਲੋਡ ਸਮਝ ਕੇ ਸਮਝਾਤਾ ਕਰ ਲੈਂਦਾ ਤਾਂ ਉਹਦੀ ਅਗਿਆਨਤਾ ਉਹਨੂੰ ਕਦੇ ਮਾਨਸਿਕ ਰੋਗੀ ਨਾ ਬਣਨ ਦਿੰਦੀ ਸतीश ਵਰਗੇ ਹੋਰ ਪਤਾ ਨਹੀਂ ਕਿੰਨੇ ਕੁ ਮੁੰਡੇ ਕੁੜੀਆਂ ਇਸੇ ਅਗਿਆਨਤਾ ਦੇ ਕਾਰਨ ਮਨੋਰੋਗੀ ਬਣਦੇ ਹਨ ਕਿਉਂਕਿ ਉਹ ਅਜਿਹੀ ਜਾਣਕਾਰੀ ਲਈ ਚੰਗਾ ਉਸਾਰੂ ਸਹਿਤ ਨਹੀਂ ਪੜ੍ਹਦੇ ਸਾਡੀ ਅਗਿਆਨਤਾ ਨੂੰ ਖਤਮ ਕਰਨ ਦਾ ਇੱਕੋ ਮਾਤਰ ਸਾਧਨ ਚੰਗੀਆਂ ਕਿਤਾਬਾਂ ਹੀ ਹਨ ਅਜੇ ਨੌਜਵਾਨ ਹੋ ਰਹੇ ਪੁੱਤ ਧੀਆਂ ਨੂੰ ਜੇਕਰ ਅਸੀਂ ਸੈਕ ਸਿੱਖਿਆ ਬਾਰੇ ਬੋਲ ਕੇ ਕੁਝ ਨਹੀਂ ਦੱਸ ਸਕਦੇ ਤਾਂ ਚੰਗੇ ਡਾਕਟਰਾਂ ਜਾਂ ਲੇਖਕਾਂ ਦੀਆਂ ਸਹੀ ਜਾਣਕਾਰੀ ਦੇਣ ਵਾਲੀਆਂ ਕਿਤਾਬਾਂ ਤਾਂ ਪੜ੍ਹਾਈ ਸਕਦੇ ਆਂ ਚੰਗੀਆਂ ਕਿਤਾਬਾਂ ਸਾਡਾ ਕੇਵਲ ਮਨੋਰੰਜਨ ਹੀ ਨਹੀਂ ਕਰਦੀਆਂ ਸਗੋ ਜੀਵਨ ਚ ਕੰਮ ਆਉਣ ਵਾਲੀ ਸੱਚੀ ਤੇ ਸਹੀ ਜਾਣਕਾਰੀ ਵੀ ਪ੍ਰਦਾਨ ਕਰਦੀਆਂ ਕਾਉਂਸਲਰ ਨੇ ਹਸਪਤਾਲ ਚ ਇਸ ਸਟੇਜ ਨੂੰ ਚੰਗਾ ਉਸਾਰੂ ਸਾਹਿਤ ਪੜ੍ਹਨ ਲਈ ਦਿੱਤਾ ਤੇ ਕਿਤਾਬਾਂ ਨੂੰ ਆਪਣਾ ਸਾਥੀ ਬਣਾ ਲੈਣ ਲਈ ਪ੍ਰੇਰਿਤ ਕੀਤਾ ਜਿਹੜੇ ਲੋਕਾਂ ਦੇ ਦੋਸਤ ਬਹੁਤ ਘੱਟ ਹੁੰਦੇ ਹਨ ਉਹਨਾਂ ਨੂੰ ਚੰਗੀਆਂ ਕਿਤਾਬਾਂ ਨੂੰ ਹੀ ਆਪਣਾ ਦੋਸਤ ਬਣਾ ਲੈਣਾ ਚਾਹੀਦਾ ਹੈ ਦੋਸਤ ਧੋਖਾ ਦੇ ਸਕਦੇ ਹਨ ਪਰ ਕਿਤਾਬਾਂ ਕਦੇ ਧੋਖਾ ਨਹੀਂ ਦਿੰਦੀਆਂ ਡਾਕਟਰ ਦੀਆਂ ਦਵਾਈਆਂ ਤੇ ਕਾਉਂਸਲਰ ਦੀ ਯੋਗ ਸਲਾਹ ਨਾਲ ਸतीश ਨੇ ਬਹੁਤ ਜਲਦੀ ਆਪਣੀ ਬਿਮਾਰੀ ਤੋਂ ਰਾਹਤ ਪਾ ਲਈ ਤੇ ਇੱਕ ਨਵੇਂ ਹੌਸਲੇ ਨਾਲ ਆਪਣੀ ਪੜ੍ਹਾਈ ਪੂਰੀ ਕਰਨ 'ਚ जुट ਗਿਆ ਧੰਨਵਾਦ